ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਵਿੱਚ ਗਰੁੱਪ ਡੀ ਦੀ ਵੈਕੈਂਸੀ ਆਈ ਹੈ ਜੀ, ਅਤੇ ਆਪਾਂ ਉਸਦੇ ਫਾਰਮ ਕਿਸ ਤਰ੍ਹਾਂ ਭਰ ਸਕਦੇ ਹਾਂ ਉਸ ਰਿਗਾਰਡਿੰਗ ਵੀਡੀਓ ਹੈ ਜੀ। ਅਤੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਨੂੰ ਮਤਲਬ ਕਿ ਪੰਜਾਬ ਲੀਗਲ ਸਰਵਿਸ ਅਥਾਰਟੀ ਵੀ ਬੋਲਦੇ ਆ ਜੀ। ਅਤੇ ਗਰੁੱਪ ਡੀ ਦੀਆਂ ਵੈਕੈਂਸੀਆਂ ਨੇ ਜੀ ਔਫਲਾਈਨ ਮੋਡ ਰਾਹੀਂ ਫਾਰਮ ਭਰ ਕੇ ਭੇਜਣੇ ਆ ਜੀ, ਅਤੇ 3 ਜੁਲਾਈ ਲਾਸਟ ਡੇਟ ਆ, ਮਤਲਬ ਕਿ 3 ਜੁਲਾਈ ਨੂੰ ਤੁਹਾਡੇ ਫਾਰਮ ਉੱਥੇ ਪਹੁੰਚਣੇ ਚਾਹੀਦੇ ਆ ਜੀ। ਅਤੇ ਵੈਕੈਂਸੀਆਂ ਦੀ ਵੰਡ ਕੀਤੀ ਗਈ, ਤੁਸੀਂ ਦੇਖ ਸਕਦੇ ਹੋ। ਜੇ ਮੰਨ ਲਓ ਕਿਸੇ ਕੈਟਾਗਰੀ ਦੀ ਪੋਸਟ ਨਹੀਂ ਹੈਗੀ ਇਹਦੇ ਵਿੱਚ, ਠੀਕ ਹੈ, ਜਿੱਦਾਂ ਮੰਨ ਲਓ ਕੋਈ ਹੁੰਦਾ BC ਕੈਟਾਗਰੀ ਦੀ ਹੈਗੀ ਨਹੀਂ ਹੈ ਜਾਂ ਕੋਈ ਹੋਰ ਕਹਿ ਦਿੰਦਾ ਵਾ, ਤਾਂ ਉਹ ਜਨਰਲ ਕੈਟਾਗਰੀ ਦੇ ਵਿੱਚ ਅਪਲਾਈ ਕਰਨਗੇ ਜੀ, ਠੀਕ ਹੈ ਜੀ। ਉੱਥੇ ਆਪਣੀ ਜਨਰਲ ਕੈਟਾਗਰੀ ਲਿਖਣਗੇ, ਕਿਉਂਕਿ ਜਨਰਲ ਕੈਟਾਗਰੀ ਕੋਈ ਕੈਟਾਗਰੀ ਸਰਟੀਫਿਕੇਟ ਨਹੀਂ ਲੱਗਦਾ। ਅਤੇ ਫਾਰਮ ਕਿੱਥੇ ਭੇਜਣੇ ਆ ਜੀ, ਆਹ ਐਡਰੈਸ ਆ। ਬਾਕੀ ਪਹਿਲਾਂ ਫਾਰਮ ਭਰਨਾ ਦੱਸਣਾ ਜੀ, ਉਸ ਤੋਂ ਬਾਅਦ ਤੁਹਾਨੂੰ ਦੱਸਾਂ ਕੀ ਕਰਨਾ ਕਿ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕੀ ਹੈਗੀ ਆ ਜੀ ਇਨਫੋਰਮੇਸ਼ਨ। ਬਾਕੀ ਇਹਦੇ ਰਿਗਾਰਡਿੰਗ ਮੈਂ ਫੁੱਲ ਡਿਟੇਲ ਵੀਡੀਓ ਬਣਾਈ, ਉਹ ਆਈ ਬਟਨ 'ਤੇ ਮੈਂਸ਼ਨ ਕਰ ਦਾਂਗਾ ਜੀ, ਅਤੇ ਜਿਹੜੀ ਤੁਸੀਂ ਚੀਜ਼ਾਂ ਦੇਖ ਕੇ ਆਪਣੇ ਫੋਰਮ ਫਿਲ ਕਰ ਸਕੋ, ਠੀਕ ਆ ਜੀ, ਕਿ ਤੁਹਾਡੇ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਹੁਣ ਆਪਾਂ ਫਾਰਮ ਕਿਸ ਤਰ੍ਹਾਂ ਭਰਨਾ ਜੀ, ਆਹ ਤੁਸੀਂ ਪਰਫੋਰਮਾ ਪ੍ਰਿੰਟ ਕਰਾ ਲੈਣਾ, PDF ਦੇ ਵਿੱਚੋਂ ਤੁਸੀਂ ਆਪਣਾ ਪ੍ਰਿੰਟ ਕਰਾ ਲੈਣਾ ਪੇਜ਼, ਠੀਕ ਹੈ, ਇੱਕ ਇਹ ਵਾਲਾ ਅਤੇ ਇੱਕ ਨੀਚੇ ਵਾਲਾ, ਠੀਕ ਆ ਜੀ। ਅਤੇ ਹੁਣ ਆਪਾਂ ਫਾਰਮ ਭਰਾਂਗੇ ਜੀ। ਸਭ ਤੋਂ ਪਹਿਲਾਂ ਤੁਸੀਂ ਜਿਹੜਾ ਫਾਰਮ ਭਰਦੇ ਪਏ ਹੋ ਜੀ, ਉਹਦੇ 'ਤੇ ਪਹਿਲਾਂ ਇੱਥੇ ਆਪਣੀ ਫੋਟੋ ਲਾ ਲੈਣੀ ਆ, ਠੀਕ ਆ ਜੀ। ਉਸ ਤੋਂ ਬਾਅਦ ਕੈਂਡੀਡੇਟਸ ਨੇ ਪੰਜਾਬੀ ਦੇ ਵਿੱਚ ਆਪਣਾ ਨੇਮ ਲਿਖਣਾ, ਜੇ ਕੋਈ ਅੰਗਰੇਜ਼ੀ ਦਾ ਪਰਫੋਰਮਾ ਡਾਊਨਲੋਡ ਕਰੂਗਾ ਤਾਂ ਪੰਜਾਬੀ ਇੰਗਲਿਸ਼ 'ਚ ਲਿਖੇਗਾ, ਜੇ ਕੋਈ ਪੰਜਾਬੀ ਦਾ ਡਾਊਨਲੋਡ ਕੀਤਾ ਤਾਂ ਪੰਜਾਬੀ ਨਾਮ ਲਿਖੇਗਾ, ਜੇ ਤੁਹਾਨੂੰ ਉਮੀਦਵਾਰ ਦਾ ਕੋਈ ਵੀ ਨਾਮ ਹੈਗਾ ਉਹ ਆਪਣਾ ਨਾਮ ਭਰੇਗਾ ਇਹਦੇ 'ਤੇ, ਠੀਕ ਆ ਜੀ। ਜਿੱਦਾਂ ਮੇਰਾ ਨਾਮ ਸੁਖਪ੍ਰੀਤ ਹੈ ਤਾਂ ਮੈਂ ਪੂਰਾ ਆਪਣਾ ਨੇਮ ਲਿਖੂੰਗਾ 1 ਨੰਬਰ 'ਚ, ਠੀਕ ਆ ਜੀ। ਅਤੇ ਦੂਜੇ ਨੰਬਰ 'ਤੇ ਆਪਣੇ ਪਿਤਾ ਦਾ ਨਾਮ, ਠੀਕ ਆ ਜੀ, ਇੱਥੇ ਜੋ ਵੀ ਤੁਹਾਡੇ ਪਾਪਾ ਦਾ ਨਾਮ ਹੈਗਾ ਉਹ ਭਰ ਦੇਣਾ ਤੁਸੀਂ, ਠੀਕ ਆ ਜੀ। ਮੈਂ ਤਾਂ ਸਿਰਫ ਇੱਕ ਮਤਲਬ ਕਿ ਸੋਫਟਵੇਅਰ ਦੇ ਮਦਦ ਨਾਲ ਲਿਖ ਕੇ ਦਿਖਾ ਰਿਹਾ, ਬਾਕੀ ਤੁਸੀਂ ਆਪ ਆਪਣੇ ਫਿਲ ਕਰ ਲਿਓ ਪੈਨ ਨਾਲ, ਠੀਕ ਆ ਜੀ। ਹੁਣ ਆਪਣੇ ਰਿਹਾਇਸ਼ੀ ਪਤਾ ਲਿਖਣਾ ਜੀ, ਠੀਕ ਆ, ਤੁਹਾਡੇ ਤੁਸੀਂ ਕਿੱਥੋਂ ਦੇ ਰਹਿਣਾ, ਪਿੰਡ ਸ਼ਹਿਰ ਜਿਹੜਾ ਵੀ ਹੈਗਾ ਤੁਹਾਡਾ, ਆਧਾਰ ਕਾਰਡ ਦੇ ਪਿੱਛੇ ਤੁਹਾਡਾ ਐਡਰੈਸ ਲਿਖਿਆ ਹੁੰਦਾ ਵਾ, ਉਹ ਪੂਰਾ ਐਡਰੈਸ ਲਿਖ ਦੇਣਾ ਆਪਣਾ ਘਰ ਦਾ, ਠੀਕ ਆ, ਜਿੱਥੋਂ ਤੁਸੀਂ ਰਹਿੰਦੇ ਹੋ, ਪਿੰਨ ਕੋਡ ਦੇ ਨਾਲ, ਪਿੰਨ ਕੋਡ ਵੀ ਲਿਖਿਆ ਹੁੰਦਾ ਤੁਹਾਡਾ ਡਾਕਖਾਨੇ ਦਾ, ਡਾਕਖਾਨਾ ਨੰਬਰ ਜਿਹੜਾ ਹੁੰਦਾ ਤੁਹਾਡਾ, ਅਤੇ ਆਧਾਰ ਕਾਰਡ ਦੇ ਪਿੱਛੇ ਤੁਹਾਡਾ ਐਡਰੈਸ ਲਿਖਿਆ ਹੁੰਦਾ ਕਿੱਥੋਂ ਤੁਹਾਡਾ ਹੈਗਾ ਵਾ, ਜਿੱਦਾਂ ਮਤਲਬ ਤੁਸੀਂ ਕਿੱਥੋਂ ਦੇ ਹੈਗੇ ਉਹ ਆਪਣਾ ਭਰ ਦੋਗੇ, ਠੀਕ ਆ, ਜਿੱਦਾਂ ਪਿੰਡ ਹੈਗਾ ਤੁਹਾਡਾ ਆਪਣਾ ਪਿੰਡ ਪਾ ਦੇਣਾ, ਸੋਰੀ, ਜਿੱਦਾਂ ਤੁਹਾਡਾ ਪਿੰਡ ਹੈ ਕੋਈ ਵੀ, ਠੀਕ ਆ ਜੀ, ਉਹਦਾ ਨਾਮ, ਤਹਿਸੀਲ, ਜ਼ਿਲ੍ਹਾ, ਮੈਂ ਥੱਲੇ ਲਿਖਦਾ ਪਿਆ ਤਾਂ ਕਿ ਤੁਸੀਂ ਆਰਾਮ ਨਾਲ ਲਿਖ ਲਓ, ਉਸ ਤੋਂ ਬਾਅਦ ਪਿੰਨ ਕੋਡ ਲਿਖ ਦੇਣਾ ਇਹ 3 ਨੰਬਰ 'ਤੇ, ਠੀਕ ਆ ਜੀ। ਹੁਣ 4 ਨੰਬਰ 'ਤੇ ਆਪਣਾ ਲਿਖਣੀ ਕੈਟਾਗਰੀ ਕਿਹੜੀ ਹੈਗੀ ਆ ਜੀ, ਜੇ ਮੰਨ ਲਓ ਤੁਸੀਂ ਕੈਟਾਗਰੀ ਤੁਹਾਡੀ ਕੈਟਾਗਰੀ ਨਹੀਂ ਹੈਗੀ ਤਾਂ ਤੁਸੀਂ ਜਨਰਲ ਵਿੱਚ ਅਪਲਾਈ ਕਰੋ, ਲਿਖੋਗੇ JN ਜਿੰਜਾ ਨਾਨਾ ਰਲਾ ਰਲਾ, ਇੱਥੇ ਟਿਕ ਕਰ ਦਿੰਦੇ ਹਾਂ, ਇੱਥੇ ਲਿਖਿਆ ਹੁੰਦਾ ਜੀ। ਉਸ ਤੋਂ ਬਾਅਦ ਲਿੰਕ ਦੱਸਣਾ ਜੀ, ਤੁਸੀਂ ਕੀ ਹੋ ਜੀ, ਇਹ ਆਪਣਾ ਮੇਲ ਹੋ ਫੀਮੇਲ ਹੋ ਉਹਦੇ ਬਾਰੇ ਦੱਸੋਗੇ ਆਪਣਾ ਇੱਥੇ ਜੀ, ਉਹ ਤੁਸੀਂ ਆਪਣਾ ਲਿਖ ਦੇਣਾ ਜੀ। ਮੁੰਡੇ ਮੇਲ, ਇਹ ਤੁਸੀਂ ਅੰਗਰੇਜ਼ੀ ਵੀ ਲਿਖ ਸਕਦੇ ਕੋਈ ਚੱਕਰ ਨਹੀਂ, ਠੀਕ ਆ ਜੀ, ਜਾਂ ਤੁਸੀਂ ਮਰਦ ਔਰਤ ਉਹ ਵੀ ਲਿਖ ਸਕਦੇ ਹੋ ਜੋ ਤੁਹਾਨੂੰ ਸਹੀ ਲੱਗਦਾ, ਮੇਰੇ ਅਕੋਰਡਿੰਗ ਤੁਸੀਂ ਮੇਲ ਫੀਮੇਲ ਲਿਖ ਦਿਓ, ਜੇ ਮੁੰਡੇ ਹੋ ਤਾਂ ਮੇਲ ਲਿਖ ਦਿਓ ਜਾਂ ਤੁਸੀਂ ਮਰਦ ਲਿਖ ਦੇਣਾ, ਠੀਕ ਆ ਜੀ। ਅਤੇ ਉਸ ਤੋਂ ਬਾਅਦ ਆਪਣਾ 6ਵੇਂ ਨੰਬਰ 'ਤੇ ਡੇਟ ਆਫ ਬਰਥ ਭਰਨੀ ਆ ਜੀ, ਤੁਹਾਡੀ ਡੇਟ ਆਫ ਬਰਥ ਕਿੰਨੀ ਹੈਗੀ ਉਹ ਨਹੀਂ ਭਰ ਦੇਣੀ, ਜਦੋਂ ਤੁਹਾਡਾ 1 ਜਨਵਰੀ ਬਰਥ ਹੈਗਾ, ਬਰਥ ਹੈਗਾ, ਉਸ ਤੋਂ ਬਾਅਦ ਜੀਅਰ ਆਪਣਾ, ਉਸ ਤੋਂ ਬਾਅਦ ਤੁਹਾਡੀ 1/1/2024 ਤੱਕ ਤੁਹਾਡੀ ਏਜ ਕਿੰਨੀ ਸਾਲ ਹੋ ਗਈ ਉਹਨੇ ਲਿਖ ਦਿਓਗੇ ਜੀ, ਠੀਕ ਆ ਜੀ, ਇੱਦਾਂ। ਉਹ ਤੋਂ ਮੋਬਾਈਲ ਨੰਬਰ ਆਪਾਂ ਭਰਨਾ, ਜਿਹੜਾ ਤੁਹਾਡਾ ਮੋਬਾਈਲ ਨੰਬਰ ਹੈਗਾ ਜੋ ਵੀ ਤੁਹਾਡਾ ਹੈਗਾ ਵਾ, ਠੀਕ ਆ ਜੀ, ਇੱਦਾਂ ਭਰ ਕੇ ਉਹ ਤੋਂ ਬਾਅਦ ਸਲੈਸ਼ ਪਾ ਦੇਣੀ ਆ ਜੀ, ਇਹ ਤੋਂ ਬਾਅਦ ਸਲੈਸ਼ ਪਾ ਕੇ ਆਪ ਈਮੇਲ ID ਲਿਖ ਦੇਣੀ ਆ ਜੀ।
ਈਮੇਲ ਆਈ ਡੀ ਅਤੇ ਫੋਨ ਨੰਬਰ ਉਹ ਭਰਨਾ ਜਿਹੜਾ ਤੁਹਾਡਾ ਫੋਨ ਚੱਲਦਾ ਹੋਵੇ। ਉਹ ਤੋਂ ਵਿੱਦਿਅਕ ਯੋਗਤਾ ਭਰਨੀ ਕਿਹੜੇ ਬੋਰਡ ਤੋਂ ਤੁਸੀਂ ਮਤਲਬ ਕਿ ਕੀਤੀ ਆ, 10ਵੀਂ 8ਵੀਂ ਕੀਤੀ ਆ, ਉਹ ਬੋਰਡ ਦੇਖੋਗੇ। ਅਤੇ ਜਿੱਦਾਂ ਮਤਲਬ ਕਿ PSEB ਹੁੰਦਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, 10ਵੀਂ ਦਾ ਵੀ ਹੁੰਦਾ, ਪਲੱਸ ਟੂ ਕੀ ਜਾਂਦਾ ਹੁੰਦਾ, ਕਈ ਜਾਂਦਾ CBSE ਹੁੰਦਾ, ਉਹ ਲਿਖ ਦੇਣਾ। ਅਤੇ ਜਿੱਦਾਂ ਮੰਨ ਲਓ ਕਿ ਸਬਜੈਕਟ ਕਈ ਜਾਂਦੇ ਜ਼ਰੂਰੀ ਹੁੰਦੇ, ਸਾਰੇ ਹੁੰਦੇ ਆ, ਅਤੇ ਜਿੱਦਾਂ ਮੰਨ ਲਓ ਕਿ ਕੰਪਲਸਰੀ ਮਤਲਬ ਕਿ ਜ਼ਰੂਰੀ ਲਿਖ ਦੇਣਾ ਸਾਰੇ, ਜਾਂ ਸਾਰੇ ਲਿਖ ਦਿਓ। ਠੀਕ ਹੈ, ਪੁੱਛਦੇ ਹੁੰਦੇ ਕਿਹੜੇ ਆ ਤੁਹਾਡੇ ਸਬਜੈਕਟ ਪੁੱਛਦੇ ਆ, ਕਿਉਂਕਿ ਆਪਾਂ ਕਈ ਵਾਰ ਲਿਖ ਨਹੀਂ ਸਕਦੇ। ਅਤੇ ਲਿਖ ਦਿਓ ਕਿ ਆਪਣਾ ਜਿੱਦਾਂ 8ਵੀਂ ਕਲਾਸ, 8ਵੀਂ ਕਲਾਸ ਕੰਪਲਸਰੀ ਜ਼ਰੂਰੀ ਸਬਜੈਕਟ। ਠੀਕ ਹੈ, ਸਾਰੇ ਸਬਜੈਕਟ ਲਿਖ ਦਿਓ। ਠੀਕ ਹੈ, ਸਾਰੇ ਇੱਥੇ ਇਕੱਲਾ ਸਾਰੇ ਲਿਖ ਦਿਓ। ਅਤੇ ਉਸ ਤੋਂ ਬਾਅਦ 12ਵੀਂ ਹੁੰਦਾ ਕਿ 12ਵੀਂ ਹੁੰਦੀ ਆ, ਕਿਸੇ ਨੇ 10ਵੀਂ ਕਮਰਸ ਕੀਤੀ, ਕਾਰਟਸ ਕੀਤੀ, ਉਹ ਲਿਖੋਗੇ। ਵੈਸੇ 8ਵੀਂ ਪੋਸਟ, 8ਵੀਂ ਬੇਸ 'ਤੇ ਪੋਸਟ ਹੈਗੀ, ਜਿੱਦਾਂ ਕਿ ਜਾਣਾ ਹਾਇਰ ਐਜੂਕੇਸ਼ਨ ਕੀਤੀ ਉਹ ਲਿਖ ਸਕਦੇ ਆ। ਗ੍ਰੈਜੂਏਸ਼ਨ ਤੁਸੀਂ ਕਿਹੜੇ ਕਾਲਜ ਦੇ ਅੰਦਰ ਕੀਤੀ ਹੋਈ ਆ, ਜਿੱਦਾਂ ਆਪਣੇ GNDU ਹੋ ਗਿਆ, ਪੰਜਾਬ ਯੂਨੀਵਰਸਿਟੀ ਹੋ ਗਿਆ, ਪੰਜਾਬੀ ਯੂਨੀਵਰਸਿਟੀ ਹੋ ਗਿਆ, ਇਹ ਲਿਖਦੇ ਨੇ ਕਿੱਥੇ ਤੁਸੀਂ ਕੀਤੀ ਆ ਜੀ। ਉਸ ਤੋਂ ਬਾਅਦ ਕਿਹੜੇ ਵਿਸ਼ੇ ਨਾਲ ਕਹੀ ਗ੍ਰੈਜੂਏਸ਼ਨ, BA 'ਚ ਕਰਦੇ ਕਿ BSC ਕਰਦੇ, ਉਹ ਲਿਖੋ ਦੋਗੇ। ਜਿੱਦਾਂ ਮਤਲਬ ਕੋਈ ਕਿਸੇ ਨੇ ਗ੍ਰੈਜੂਏਸ਼ਨ ਕੀਤੀ, BA ਕੀਤੀ ਆ, ਤਾਂ ਪੰਜਾਬੀ ਲਿਖਣੀ ਆ BA। ਉਸ ਤੋਂ ਬਾਅਦ ਕਿਹੜੇ ਸਾਲ 'ਚ ਤੁਸੀਂ ਪਾਸ ਕੀਤੀ, ਹੁਣ ਕਿਹੜੇ ਕਿਹੜੇ ਯੀਅਰ 'ਚ ਪਾਸ ਕੀਤੀ ਆ ਜੀ। ਠੀਕ ਆ ਜੀ, ਅਤੇ ਕਿੰਨੇ % ਨੰਬਰ ਤੁਹਾਡੇ ਆਏ ਸੀ। ਠੀਕ ਆ ਜੀ, ਜਾਂ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ, ਜੇ ਅੰਕ ਪ੍ਰਤੀਸ਼ਤ, ਤੁਹਾਡੇ ਪ੍ਰਤੀਸ਼ਤ ਦੇ ਵਿੱਚ ਨੰਬਰ ਲਿਖ ਦੇਣੇ ਤੁਸੀਂ। ਠੀਕ ਆ ਜੀ, ਅਤੇ ਕਈਆਂ ਦੇ ਜੇ ਗ੍ਰੇਡ ਲੱਗਾ, ਗ੍ਰੇਡ ਲਿਖ ਦੋਗੇ ਆਪਣਾ ਜਿਹੜਾ ਤੁਹਾਨੂੰ ਆਇਆ ਵਾ। ਉਸ ਤੋਂ ਬਾਅਦ ਪੁੱਛਦੇ 10ਵੇਂ ਨੰਬਰ 'ਤੇ ਕੀ ਉਮੀਦਵਾਰ ਵੱਲੋਂ 8ਵੀਂ ਪੱਧਰ ਤੱਕ ਪੰਜਾਬੀ, ਜਾਂ ਮਤਲਬ ਕਿ ਉਹ ਪੁੱਛਦੇ ਕਿ ਤੁਹਾਡੇ ਤੋਂ ਪੰਜਾਬੀ ਦਾ ਜਿਹੜਾ ਹੈਗਾ ਵਾ ਜੀ ਸਬੂਤ ਹੈਗਾ ਜੀ, ਪੰਜਾਬੀ ਸਬਜੈਕਟ ਹੈਗਾ ਜੀ ਤੁਹਾਡੇ 8ਵੀਂ ਦੇ ਵਿੱਚ ਜਾਂ 10ਵੀਂ ਦੇ ਵਿੱਚ, ਤਾਂ ਇੱਥੇ ਹਾਂ ਕਰਨਾ। ਠੀਕ ਆ ਜੀ, ਜੇ ਤੁਸੀਂ ਨਹੀਂ ਕਰਦੇ ਤਾਂ ਐਲੀਜੀਬਲ ਨਹੀਂ ਹੋਗੇ, ਕਿਉਂਕਿ ਕੰਪਲਸਰੀ ਆ ਜੀ ਪੰਜਾਬੀ ਸਬਜੈਕਟ। ਉਸ ਤੋਂ ਬਾਅਦ ਪੁੱਛਦੇ ਕਿ ਤੁਹਾਡੇ ਤੋਂ ਕੋਈ ਵਿਸ਼ੇਸ਼ ਮਹਾਰਤ ਹੈਗੀ ਆ ਜੀ, ਕਿਉਂਕਿ ਤੁਹਾਨੂੰ ਕੰਮ ਕਰਨ ਦੀ ਨੌਲੇਜ ਹੈਗੀ, ਤਾਂ ਹੈਗੀ ਆ ਤਾਂ ਹਾਂ ਕਰਕੇ ਉਹਦਾ ਪਰੂਫ ਦਿਓਗੇ। ਠੀਕ ਆ ਜੀ, ਜਿੱਦਾਂ ਇਕੱਲਾ ਕਿਸੇ ਨੂੰ ਕੰਪਿਊਟਰ 'ਤੇ ਕੰਮ ਕਰਨਾ ਤਾਂ ਕੰਪਿਊਟਰ ਦਾ ਰਿਲੇਟਡ ਸਰਟੀਫਿਕੇਟ ਲਾ ਦੋਗੇ। ਠੀਕ ਆ ਜੀ, ਜਾ ਕੇ ਜਾਣੇ ਕਿਸੇ ਜਗ੍ਹਾ 'ਤੇ ਕੰਮ ਕੀਤਾ ਹੁੰਦਾ, ਕਲਰਕ ਦਾ ਕੁਛ ਵੀ ਕੰਮ ਕੀਤਾ, ਉਹ ਦੱਸੋਗੇ। ਉਸ ਤੋਂ ਬਾਅਦ ਤੁਹਾਡਾ ਪੁੱਛਦੇ ਆ ਕਿ ਤੁਸੀਂ ਅਵੇ ਦੇ ਵਿੱਚ ਦੱਸਿਆ ਟਾਈਪਿੰਗ ਦਾ ਹੋ ਗਿਆ, ਡਰਾਈਵਿੰਗ ਦਾ ਹੋ ਗਿਆ, ਅਤੇ ਕੰਪਿਊਟਰ ਗੁਆਂਢ, ਇਹ ਤੁਸੀਂ ਲਾ ਸਕਦੇ ਹੋ। ਠੀਕ ਆ ਜੀ, ਉਸ ਤੋਂ ਬਾਅਦ ਪੁੱਛਦੇ ਕਿ ਕੀ ਬਿਨੇਕਾਰ ਪਹਿਲਾਂ ਕੋਈ ਸਰਕਾਰੀ ਅਰਧ ਸਰਕਾਰੀ ਬੋਰਡ ਕਾਰਪੋਰੇਸ਼ਨ ਜਾਂ ਸੰਸਥਾ ਵਿੱਚ ਮਤਲਬ ਕਿ ਸੇਵਾ ਨਿਭਾ ਰਿਹਾ ਵਾ, ਕੋਈ ਜੋਬ ਵਗੈਰਾ ਉੱਥੇ ਕਰਦਾ ਪਿਆ, ਜੇ ਕਰਦਾ ਪਿਆ ਤਾਂ ਹਾਂ ਕਰਕੇ ਦੱਸੋਗੇ, ਉਹਦਾ ਪਰੂਫ ਦਿਓਗੇ। ਠੀਕ ਆ ਜੀ, ਨਹੀਂ ਤਾਂ ਨਹੀਂ ਲਿਖ ਦੇਣਾ। ਠੀਕ ਆ, ਨਹੀਂ ਕੰਮ ਕਰਦੇ ਪਏ ਤੇ। ਇਹ ਤਾਂ ਮੈਂ ਪਰ ਕਿੱਦਾਂ ਵੱਡੇ ਵੱਡੇ ਅੱਖਰ ਦੱਸੇ ਨਾ ਕਿ ਤੁਹਾਨੂੰ ਪਤਾ ਲੱਗ ਜਾਵੇ ਕੀ ਭਰਨਾ। ਅਤੇ ਬਾਕੀ ਹੈ ਕਿ ਜਿਨ੍ਹਾਂ ਨੇ ਸਰਕਾਰੀ ਡਿਪਾਰਟਮੈਂਟ ਅੰਦਰ ਜੋਬ ਕਰਦੇ ਪਏ ਆ, ਉਹਨਾਂ ਨੂੰ ਨੋ ਓਬਜੈਕਸ਼ਨ ਸਰਟੀਫਿਕੇਟ ਡਿਪਾਰਟਮੈਂਟ ਤੋਂ ਲੈਣਾ ਪੈਣਾ ਵਾ, ਇਹ ਤੁਹਾਨੂੰ ਪਤਾ ਹੀ ਹੈ, ਕਿਉਂਕਿ ਲਿਖਿਆ ਜ਼ਰੂਰੀ। ਉਸ ਤੋਂ ਬਾਅਦ ਪੁੱਛਦੇ ਕਿ ਤੁਹਾਨੂੰ ਕੋਈ ਗ੍ਰਿਫਤਾਰ ਤਾਂ ਨਹੀਂ ਕੀਤਾ ਗਿਆ, ਕਿਸੇ ਵੀ ਕੋਈ ਦੋਸ਼ੀ ਤਾਂ ਨਹੀਂ ਠਹਿਰਾਇਆ ਕਿਸੇ ਵੀ ਮਾਮਲੇ ਵਿੱਚ, ਜੇ ਹੈਗਾ ਦੱਸੋਗੇ, ਨਹੀਂ ਤਾਂ ਨੋ ਕਰ ਦੇਣਾ, ਨਹੀਂ ਕਰ ਦੇਣਾ। ਠੀਕ ਆ ਜੀ, ਉਸ ਤੋਂ ਬਾਅਦ ਪੁੱਛਦੇ ਕਿ ਤੁਸੀਂ ਕਿਸੇ ਨੂੰ ਸਰਕਾਰੀ ਜਾਂ ਅਰਧ ਸਰਕਾਰੀ ਡਿਪਾਰਟਮੈਂਟ ਤੋਂ ਮਤਲਬ ਕਿ ਕੱਢੇ ਤਾਂ ਨਹੀਂ ਗਿਆ, ਮਤਲਬ ਕਿ ਤੁਹਾਨੂੰ ਸਸਪੈਂਡ ਤਾਂ ਨਹੀਂ ਕੀਤਾ ਗਿਆ, ਤਾਂ ਨਹੀਂ ਜੋਬ ਕਰਦੇ ਪਏ ਤਾਂ ਨਹੀਂ ਕਰ ਦੋਗੇ ਜੇ। ਠੀਕ ਆ ਜੀ, ਉਸ ਤੋਂ ਬਾਅਦ ਪੁੱਛਦੇ ਕਿ ਤੁਸੀਂ ਕੋਈ ਸਰਕਾਰੀ ਬੋਰਡ ਕਾਰਪੋਰੇਸ਼ਨ ਵਿੱਚ ਸੰਸਥਾ ਵਿੱਚ ਨੌਕਰੀ ਤਾਂ ਨਹੀਂ ਕਰ ਰਹੇ, ਫਿਰ ਪੁੱਛਦੇ ਕਿਸੇ ਵੀ, ਤਾਂ ਇੱਥੇ ਨਹੀਂ ਕਰ ਦੇਣਾ। ਠੀਕ ਆ ਜੀ, ਜੇ ਕਰਦੇ ਹੋ ਦੱਸੋਗੇ ਤਾਂ ਪਰੂਫ ਦਿਓਗੇ, ਇੱਥੇ ਤੁਸੀਂ ਆਪਣੇ ਸਾਈਨ ਕਰ ਦੇਣੇ, ਇੱਥੇ ਆਪਣੇ ਮਿਤੀ ਦੱਸ ਦੇਣੀ ਜਿੱਦਾਂ ਅਪਲਾਈ ਕਰ ਰਹੇ ਹੋ, ਆਪਣੇ ਸਥਾਨ ਜਿੱਥੋਂ ਵੀ ਤੁਸੀਂ ਅਪਲਾਈ ਕਰਦੇ ਪਏ ਹੋ। ਉਸ ਤੋਂ ਬਾਅਦ ਆ ਘੋਸ਼ਣਾ ਪੱਤਰ ਹੈ, ਤੁਸੀਂ ਪੜ੍ਹ ਲੈਣੇ ਆ ਜੀ। ਠੀਕ ਆ ਜੀ, ਅਤੇ ਇਹਦੇ ਵਿੱਚ ਦੱਸਿਆ ਜਾਂਦਾ ਜੀ ਕੋਈ ਇਨਫੋਰਮੇਸ਼ਨ ਹੁੰਦੀ ਗਲਤ ਹੁੰਦੀ ਆ ਉਹਦੇ ਲਈ ਅਸੀਂ ਜ਼ਿੰਮੇਵਾਰ ਹਾਂ, ਅਤੇ ਗਲਤ ਹੁੰਦੀ ਪਾਤਰਤਾ ਰੱਦ ਹੁੰਦੀ ਉਹਦੇ ਲਈ ਅਸੀਂ ਜ਼ਿੰਮੇਵਾਰ। ਠੀਕ ਆ ਜੀ,
ਅਤੇ ਬਾਕੀ ਜੇ ਕੋਈ ਕੋਲਮ ਛੁੱਟ ਜਾਂਦਾ ਆਪਣੇ ਤੋਂ ਕੋਈ ਚੀਜ਼ ਇਨਫੋਰਮੇਸ਼ਨ ਰਹਿ ਜਾਂਦੀ ਆ ਉਹਦੇ ਕਰਕੇ ਰਿਜੈਕਟ ਹੋ ਜਾਂਦਾ ਫੋਰਮ, ਉਹਦੇ ਲਈ ਅਸੀਂ ਮਤਲਬ ਕਿ ਜ਼ਿੰਮੇਵਾਰ ਹਾਂ। ਇੱਥੇ ਫਿਰ ਤੁਸੀਂ ਆਪਣੇ ਸੈਂਡ ਕਰ ਦੇਣੇ ਆ ਜੀ, ਅਤੇ ਸੈਂਡ ਤੁਸੀਂ ਪੰਜਾਬੀ ਵੀ ਕਰ ਸਕਦੇ ਹੋ, ਇੰਗਲਿਸ਼ ਵੀ ਕਰ ਸਕਦੇ ਹੋ, ਕੰਪਲਸਰੀ ਨਹੀਂ ਹੁੰਦਾ। ਉਹ ਤੋਂ ਮਿਤੀ ਫਿਰ 97 ਪਾ ਕੇ ਹੁਣ ਤੁਹਾਡਾ ਇਹ ਫਾਰਮ ਜਦੋਂ ਭਰਿਆ ਜਾਂਦਾ ਜੀ, ਇੱਕ ਫੋਟੋ ਤਾਂ ਤੁਸੀਂ ਲਾਈ ਹੋਣੀ ਆ, ਦੋ ਫੋਟੋਆਂ ਤੁਸੀਂ ਨਾਲ ਐਕਸਟਰਾ ਭੇਜਣੇ ਆ, ਠੀਕ ਆ ਜੀ। ਉਹ ਡਾਕੂਮੈਂਟ ਕਿਹੜੇ ਕਿਹੜੇ ਲਾਉਣੇ ਤੁਸੀਂ ਇਹ ਤੁਹਾਨੂੰ ਦਿਖਾ ਦੇਣਾ ਜੀ ਮੈਂ। ਪਹਿਲਾਂ ਤਾਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹੋਵੇ ਤੁਹਾਡੇ ਤੋਂ, ਠੀਕ ਆ ਜੀ, ਉਹ ਲਾਉਣਾ ਤੁਸੀਂ। ਉਸ ਤੋਂ ਬਾਅਦ ਜਨਰਲ ਸਰਟੀਫਿਕੇਟ, ਅਤੇ ਉਸ ਤੋਂ ਬਾਅਦ ਜੇ ਤੁਸੀਂ 8ਵੀਂ ਤੋਂ ਜ਼ਿਆਦਾ ਕਲਾਸ ਦੀ ਇਨਫੋਰਮੇਸ਼ਨ ਭਰੀ ਹੋਈ ਆ ਉਹ ਦਓਗੇ, ਅਤੇ ਰਿਹਾਇਸ਼ੀ ਸਰਟੀਫਿਕੇਟ ਦਾ ਆਪਣਾ ਰਿਜ਼ਰਵੇਸ਼ਨ ਦੇ ਮਾਮਲੇ ਵਿੱਚ ਮਤਲਬ ਕਿ ਜ਼ਰੂਰੀ ਆ ਜੀ, ਇਹ ਰਿਹਾਇਸ਼ੀ ਸਰਟੀਫਿਕੇਟ ਮਤਲਬ ਕਿ ਰੈਜੀਡੈਂਸ ਸਰਟੀਫਿਕੇਟ ਚਾਹੀਦਾ ਜੇ ਮਤਲਬ ਕਿਸੇ ਰਿਜ਼ਰਵ ਕੈਟਾਗਰੀ ਦੀ ਅਪਲਾਈ ਕਰਦੇ ਪਏ ਹੋ, ਠੀਕ ਆ ਜੀ। ਵੈਸੇ ਰੈਜੀਡੈਂਸ ਸਰਟੀਫਿਕੇਟ ਹੋਵੇ ਤਾਂ ਲਾ ਦਿਓ, ਕੋਈ ਚੱਕਰ ਨਹੀਂ, ਭਾਵੇਂ ਦੂਜੀ ਕੈਟਾਗਰੀ ਵਾਲੇ ਵੀ ਲਾ ਸਕਦੇ ਆ, ਜਨਰਲ ਵਾਲੇ ਵੀ। ਉਸ ਤੋਂ ਬਾਅਦ ਜਿਹੜੇ ਕੈਂਡੀਡੇਟਸ ਮਤਲਬ ਕਿ ਆਪਣੇ ਅਨੁਸੂਚਿਤ ਜਾਂ ਖੇਡਾਂ ਵਾਲੀ ਕੈਟਾਗਰੀ ਅਪਲਾਈ ਕਰ ਰਹੇ ਆ ਉਹ ਆਪਣਾ ਪਰੂਫ ਲਾਉਣਗੇ ਜੀ। ਉਸ ਤੋਂ ਬਾਅਦ ਜੇ ਕੋਈ ਸਰਕਾਰੀ ਅਦਾਰੇ ਕੋਈ ਕੰਮ ਕਰਦਾ ਪਿਆ ਵਾ, ਠੀਕ ਆ, ਉਹਨੂੰ ਨੋ ਓਬਜੈਕਸ਼ਨ ਸਰਟੀਫਿਕੇਟ ਲੈਣਾ ਪਊਗਾ ਜੀ, ਉਹ ਲਾਉਣੀ ਪੈਣੀ ਕਾਪੀ ਉਹਦੀ। ਉਸ ਤੋਂ ਇਲਾਵਾ ਤੁਸੀਂ ਆਪਣਾ ਆਧਾਰ ਕਾਰਡ ਦੀ ਫੋਟੋ ਕਾਪੀ ਲਾਉਣੀ ਆ ਜੀ ਇੱਕ, ਅਤੇ ਜਿਹੜੇ ਵੀ ਤੁਸੀਂ ਡਾਕੂਮੈਂਟ ਲਾਉਂਦੇ ਪਏ, ਬਾਕੀ ਇੰਪਲਾਈਮੈਂਟ ਐਕਸਚੇਂਜ ਕਾਰਡ ਦਾ ਤੁਸੀਂ ਲਾ ਸਕਦੇ ਹੋ, ਜੇ ਕੋਈ ਐਕਸਪੀਰੀਅੰਸ ਤੁਸੀਂ ਲਾ ਰਹੇ ਹੋ ਸਰਕਾਰੀ ਡਿਪਾਰਟਮੈਂਟ ਦਾ, ਜਿਹੜੇ ਵਿਸ਼ੇਸ਼ ਮਹਾਰਤ ਦਾ ਉਹਦਾ ਸਰਟੀਫਿਕੇਟ ਤੁਸੀਂ ਲਾਉਣਾ ਜੀ। ਅਤੇ ਬਾਕੀ ਕਿ ਇਹਦੀ ਪ੍ਰਮੋਸ਼ਨ ਮਿਲ ਸਕਦੀ ਜੇ ਕੋਈ ਜ਼ਿਆਦਾ ਸਟੱਡੀ ਕੀਤੀ ਹੋਈ ਆ, ਬੀ ਕੌਮ ਬੀ ਏ ਵਗੈਰਾ ਕੀਤੀ, ਕਿਉਂਕਿ ਕਲਰਕ ਤੱਕ ਵੀ ਪ੍ਰਮੋਸ਼ਨ ਹੋਣੀ ਹੈ ਜੀ, ਇਸ ਕਰਕੇ ਉਹਨਾਂ ਨੂੰ ਬੈਨੀਫਿਟ ਮਿਲ ਸਕਦਾ, ਇਸ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਬਾਕੀ ਇਹਦੀ ਜਿਹੜੀ ਹੈਗੀ ਆ ਜੀ ਇੰਟਰਵਿਊ ਬੇਸ ਹੈਗੀ ਆ ਜੀ ਸਿਲੈਕਸ਼ਨ, ਅਤੇ ਬਾਕੀ ਤੁਸੀਂ ਤੋਂ ਫਾਰਮ ਭਰ ਲੈਣਾ ਵਾ, ਡਾਕੂਮੈਂਟ ਲਾ ਲੈਣੇ ਆ, ਇੱਕ ਲਿਫਾਫੇ ਅੰਦਰ ਪਾ ਲੈਣਾ, ਅਤੇ ਉਹਦੇ 'ਤੇ ਬਾਹਰ ਲਿਖ ਦੇਣਾ ਜੀ ਆਪਣੇ ਵੱਲੋਂ ਕਿੱਥੇ ਭੇਜਣੀ ਆ ਜੀ। ਉਹ ਹੈਗਾ 2 ਦਾ ਪਾ ਕੇ ਮੈਂਬਰ 71 ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਨੰਬਰ, ਪੰਜਾਬੀ ਦੀ ਭਰ ਸਕਦੇ ਇੱਥੋਂ ਤੱਕ, ਠੀਕ ਆ ਜੀ। ਅਤੇ ਇੰਗਲਿਸ਼ ਦੇ ਵਿੱਚ ਵੀ ਹੈਗਾ ਜੀ ਇਹ, ਅਤੇ ਇੰਗਲਿਸ਼ ਦਾ ਵੀ ਦੱਸ ਦੇਣਾ ਜੇ 2 ਪਾ ਕੇ ਤੁਸੀਂ ਇੰਗਲਿਸ਼ ਦੇ ਵਿੱਚ ਵੀ ਲਿਖ ਸਕਦੇ ਹੋ, 2 ਪਾ ਕੇ ਇੰਗਲਿਸ਼ ਦਾ ਵਿੱਚ ਐਡਰੈਸ ਹੋਊਗਾ, ਇਹ ਪੰਜਾਬੀ 'ਚ ਨਾ ਪੰਜਾਬੀ 'ਚ ਵੀ ਭਰ ਸਕਦੇ ਹੋ। ਅਤੇ ਉਸ ਤੋਂ ਬਾਅਦ ਜੇ ਆਪਾਂ ਕਹੀਏ ਫਰੋਮ ਆਪਣੇ ਵੱਲੋਂ, ਠੀਕ ਆ ਜੀ, ਉਹ ਆਪਣਾ ਐਡਰੈਸ ਭਰ ਦੇਣਾ ਜਿੱਥੋਂ ਤੁਸੀਂ ਰਹਿੰਦੇ ਹੋ, ਆਪਣੇ ਨੂੰ ਪ੍ਰੋਵਾਈਡ ਲਿਖ ਦੇਣਾ ਵਾ ਤੁਹਾਡਾ ਕਿੱਥੋਂ ਦਾ ਘਰ ਆ, ਸਾਰਾ ਕੁਛ ਆਪਣਾ ਡਿਟੇਲ ਲਿਖ ਦੇਣੀ ਆ, ਠੀਕ ਆ ਜੀ। ਅਤੇ 3 ਜੁਲਾਈ ਤੋਂ ਪਹਿਲਾਂ ਤੁਹਾਡੇ ਫਾਰਮ ਉੱਥੇ ਪਹੁੰਚਣੇ ਚਾਹੀਦੇ ਆ ਜੀ। ਆਹ ਸਟੈਪ ਫੋਲੋ ਕਰਕੇ ਤੁਸੀਂ ਆਪਣੇ ਫੋਰਮ ਫਿਲ ਕਰ ਸਕਦੇ ਹੋ। ਜਿਸ ਤੋਂ ਇਲਾਵਾ ਤੁਹਾਨੂੰ ਕੋਈ ਇਹ ਵੀ ਡਾਊਟ ਹੈਗਾ ਜੀ, ਤੁਸੀਂ ਮੈਨੂੰ ਟੈਲੀਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਜੀ। ਅਤੇ ਬਾਕੀ ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਦਿਖਾ ਦਿੰਦਾ ਐਡਰੈਸ ਦੀ, ਅਤੇ ਇੰਗਲਿਸ਼ ਦੇ ਵਿੱਚ ਵੀ PDF ਹੈਗਾ ਜੀ, ਅਤੇ ਤੁਹਾਨੂੰ ਪਤਾ ਸਕੂਲਾਂ ਦਾ 37 ਸਾਲ ਏਜ ਆ ਜੀ। ਆਹ ਹੈਗਾ ਜੀ ਐਡਰੈਸ, ਅਤੇ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਜੀ ਕਰ ਸਕਦਾ, ਅਤੇ ਵਧੀਆ ਪੋਸਟ ਆ ਜੀ ਗੌਰਮੈਂਟ ਦੀ ਹੈਗੀ ਆ, ਸਰਕਾਰੀ ਭਰਤੀ 7 ਪੇ ਸਕੇਲ ਅਕੋਰਡਿੰਗ ਤਨਖਾਹ ਵਾ ਤੁਹਾਡੀ, ਬਾਕੀ ਵੈਕੈਂਸੀਆਂ ਵੱਧ ਜਾਂਦੀਆਂ ਨੇ ਜੀ। ਬਾਕੀ ਆਪਣੇ ਤੁਸੀਂ ਇੱਕ ਪੋਸਟ ਜੀ ਆਪਣਾ ਦੇਣਾ ਵਾ ਪਰਫੋਰਮੈਂਸ, ਅਤੇ ਬਾਕੀ ਅਪਲਾਈ ਕਰ ਲਿਓ ਜੀ ਜਿਹੜਾ ਕੈਂਡੀਡੇਟਸ ਕਰਨਾ ਚਾਹੁੰਦਾ।